ਸਤਿ ਸ਼੍ਰੀ ਅਕਾਲ ਜੀ ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਮੈਂ ਆਪ ਸਭ ਨਾਲ ਜੱਸੀ ਮਾਨ ਆਪਣੀ ਤੁਲਨਾ ਕਦੇ ਵੀ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਪਰਮਾਤਮਾ ਨੇ ਤੁਹਾਨੂੰ ਸਭ ਤੋਂ ਬੈਸਟ ਬਣਾਇਆ ਹੈ ਠੀਕ ਕਿਉਂਕਿ ਭਗਵਾਨ ਨੇ ਤੁਹਾਨੂੰ ਜਿੱਦਾਂ ਦਾ ਵੀ ਬਣਾਇਆ ਹੈ ਤੁਸੀਂ ਅਗਰ ਆਪਣੇ ਆਪ ਤੇ ਤੁਹਾਨੂੰ ਮਾਣ ਹੈ ਤਾਂ ਸਮਝੋ ਉਸ ਬਣਾਉਣ ਵਾਲੇ ਨੂੰ ਵੀ ਇਸ ਚੀਜ਼ ਤੇ ਮਾਣ ਹੋਏਗਾ ਕਿ ਤੁਹਾਨੂੰ ਬਣਾਉਣ ਦੇ ਵਿੱਚ ਜਾਂ ਤੁਹਾਨੂੰ ਪੈਦਾ ਕਰਨ ਵਿੱਚ ਜਾਂ ਤੁਹਾਨੂੰ ਇਸ ਧਰਤੀ ਤੇ ਬਣਾਉਣ ਦੇ ਲਈ ਉਸਦੀ ਆਪਣੀ ਅਹਿਮੀਅਤ ਹੈ ਹਸਤੱਤਵ ਹੈ ਕਿਉਂਕਿ ਪਰਮਾਤਮਾ ਤੇ ਹਰ ਕਿਸੇ ਦੇ ਅੰਦਰ ਹੀ ਠੀਕ ਕਦੇ ਵੀ ਆਪਣੇ ਆਪ ਨੂੰ ਕੋਸੋ ਨਾ ਤੇ ਆਪਣੇ ਆਪ ਨੂੰ ਕਿਸੇ ਤੋਂ ਵੀ ਘੱਟ ਨਹੀਂ ਸਮਝਣਾ ਚਾਹੀਦਾ ਤੁਹਾਡਾ ਆਪਣਾ ਵਿਸ਼ਵਾਸ ਹੀ ਤੁਹਾਨੂੰ ਬੁਲੰਦੀਆਂ ਤੇ ਲਿਜਾ ਸਕਦਾ ਇਹ ਸੀ ਅੱਜ ਦਾ ਸ਼ੁਭ ਵਿਚਾਰ ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਜਾਣਾਂਗੇ ਪੰਚਾਂਗ ਮੁਤਾਬਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਕਿੱਦਾਂ ਦਾ ਰਹੇਗਾ ਅੱਜ ਦਾ ਦਿਨ ਇਸ ਤੇ ਚਰਚਾ ਕਰਾਂਗੇ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਵੀ ਦੱਸਾਂਗੇ ਅੱਜ 29 ਮਈ 2023 ਦਿਨ ਹੈ ਸੋਮਵਾਰ ਦਾ ਤਿਥੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਜੋ ਤਿਥੀ ਆ ਉਹ ਰਹੇਗੀ 9ਵੀਂ ਤਿਥੀ ਉੱਤਰਾ ਫਾਲਗੋਨੀ ਨਕਸ਼ਤਰ ਚੱਲੇਗਾ 9ਵੀਂ ਤਿਥੀ ਤੇ ਉੱਤਰਾ ਫਾਲਗੋਨੀ ਨਕਸ਼ਤਰ ਵਿੱਚ ਚੰਦਰ ਮਹਾਰਾਜ ਸਵੇਰੇ 8:55 ਤੇ ਕੰਨਿਆ ਰਾਸ਼ੀ ਵਿੱਚ ਚਲੇ ਜਾਣਗੇ ਤੇ ਕੰਨਿਆ ਰਾਸ਼ੀ ਵਿੱਚ ਤੁਸੀਂ ਜਾਣਦੇ ਹੀ ਹੋ ਕੰਨਿਆ ਰਾਸ਼ੀ ਵਿੱਚ ਚੰਦਰਮਾ ਯਾਨੀ ਬੁੱਧ ਦੇ ਘਰ ਵਿੱਚ ਚੰਦਰਮਾ ਤੇ ਬੁੱਧ ਰਾਹੂ ਦੀ ਯੁਤੀ ਪਹਿਲਾਂ ਤੋਂ ਬਣੀ ਹੋਈ ਹੈ ਮੇਸ਼ ਰਾਸ਼ੀ ਵਿੱਚ ਜੋ ਬ੍ਰਹਿਸਪਤ ਨਾਲ ਚੱਲ ਰਹੀ ਹੈ ਠੀਕ ਤੇ ਸ਼ੁੱਕਰ ਚੱਲ ਰਹੇ ਨੇ ਜੀ ਮਿਥੁਨ ਰਾਸ਼ੀ ਵਿੱਚ ਸੂਰਜ ਮਹਾਰਾਜ ਹਜੇ ਬ੍ਰਿਖ ਰਾਸ਼ੀ ਵਿੱਚ ਸੰਗਰਾਂਦ ਤੱਕ ਚੱਲਣਗੇ ਕੇਤੂ ਰਾਹੂ ਦੀ ਜੁੱਤੀ ਮੇਸ਼ ਤੇ ਤੁਲਾ ਰਾਸ਼ੀ ਵਿੱਚ ਬਣੀ ਰਹੇਗੀ ਤੇ ਸ਼ਨੀ ਆਪਣੇ ਘਰ ਸਭ ਗ੍ਰਹਿ ਆਪਣੀ ਰਾਸ਼ੀ ਕੁੰਭ ਰਾਸ਼ੀ ਵਿੱਚ ਹੀ ਚੱਲਣਗੇ ਰਾਹੂ ਕਾਲ ਦੀ ਗੱਲ ਕੀਤੀ ਜਾਵੇ ਤਾਂ 7:30 ਤੋਂ ਲੈ ਕੇ 9 ਦਾ ਟਾਈਮ ਰਾਹੂ ਕਾਲ ਦਾ ਰਹੇਗਾ ਇਸ ਟਾਈਮ ਤੇ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਬਾਕੀ ਚੱਲਦੇ ਕੰਮਾਂ ਦਾ ਕੋਈ ਵੀ ਪਰਹੇਜ਼ ਨਹੀਂ ਹੈ ਸਿਤਾਰਿਆਂ ਦੇ ਮੁਤਾਬਕ ਤੇ ਤੁਹਾਨੂੰ ਦੱਸਾਂਗੇ ਕਿੱਦਾਂ ਦਾ ਜਾਏਗਾ ਅੱਜ ਦਾ ਦਿਨ ਪਰ ਜਿਨ੍ਹਾਂ ਦਾ ਜਨਮ ਦਿਨ ਹੈ ਸ਼ੁਭ ਦਿਨ ਹੈ ਸ਼ਾਦੀ ਦੀ ਸਾਲਗਿਰਾ ਹੈ ਤਾਂ ਉਹਨਾਂ ਲਈ ਵੀ ਸ਼ੁਭ ਕੰਮ ਤੇ ਦੁਆਵਾਂ ਦੇ ਦੇਣੀਆਂ ਚਾਹੀਦੀਆਂ ਨੇ ਠੀਕ ਹੈ ਸਾਲ ਤੁਹਾਡਾ ਬਹੁਤ ਅੱਛਾ ਜਾਵੇਗੀ ਜੀ ਤਾਂ ਉਸਦੇ ਲਈ ਦੁਆਵਾਂ ਬਹੁਤ ਜ਼ਰੂਰੀ ਨੇ ਤੇ ਦੁਆਵਾਂ ਲੈਣੀਆਂ ਚਾਹੀਦੀਆਂ ਨੇ ਮਾਤਾ ਪਿਤਾ ਦਾ ਉਸ ਤੋਂ ਵੱਡਾ ਗੁਰੂ ਤੇ ਕੋਈ ਹੈ ਨਹੀਂ ਤੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਬੜੀ ਸਾਰੀ ਸਮਾਈਲ ਨਾਲ ਮਾਤਾ ਪਿਤਾ ਦੇ ਪੈਰੀਂ ਹੱਥ ਲਗਾਓ ਉਹਨਾਂ ਤੋਂ ਬਾਅਦ ਆਪਣੇ ਈਸਟ ਨੂੰ ਮੱਥਾ ਟੇਕੋ ਤੇ ਨਾਲ ਖੁਸ਼ ਰਹਿਣ ਦੇ ਲਈ ਬਹੁਤ ਜ਼ਰੂਰੀ ਹੈ ਕੁਦਰਤ ਦਾ ਸਾਥ ਦੇਣਾ ਤਾਂ ਤੁਸੀਂ ਕੁਦਰਤੀ ਤੌਰ 'ਤੇ ਆਪਣੇ ਸਿਤਾਰਿਆਂ ਨੂੰ ਸ਼ੁਭ ਕਰਨ ਦੇ ਲਈ ਕੁਦਰਤ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਪੇੜ ਜ਼ਰੂਰ ਇੱਕ ਅੱਧਾ ਪੇੜ ਆਪਣੇ ਜਨਮ ਦਿਨ 'ਤੇ ਸ਼ੁਭ ਦਿਨ 'ਤੇ ਲਗਾਉਣਾ ਚਾਹੀਦਾ ਹੈ ਹਰ ਸਾਲ ਲਗਾਉਣਾ ਚਾਹੀਦਾ ਹੈ ਅਤੇ ਨਾਲ ਹੀ ਤੁਸੀਂ ਅਗਰ ਹੁਣ ਇੱਕ ਪੇੜ ਲਗਾਉਂਦੇ ਹੋ ਤਾਂ ਉਸਨੂੰ ਪਾਣੀ ਦਿੰਦੇ ਹੋ ਚੱਲਦਾ ਹੈ ਤਾਂ ਸਮਝੋ ਇਹ ਸਾਲ ਦੇ ਨਾਲ ਨਾਲ ਤੁਹਾਨੂੰ ਅਗਲੇ ਜਨਮ ਦਿਨ 'ਤੇ ਪਤਾ ਚੱਲੇਗਾ ਤੁਸੀਂ ਇੱਕ ਸ਼ਾਂ ਅਤੇ ਕੁਦਰਤ ਲਈ ਇੱਕ ਬਹੁਤ ਹੀ ਵਧੀਆ ਗਿਫਟ ਦੇ ਤੇ ਹੁਣ ਆਪਾਂ ਜਾਣਦੇ ਹਾਂ ਜੀ ਤੁਹਾਡੇ ਸਿਤਾਰੇ ਸਭ ਤੋਂ ਪਹਿਲਾਂ ਐਰੇਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦਾ ਕਿੱਦਾਂ ਦਾ ਰਹੇਗਾ ਅੱਜ ਦਾ ਦਿਨ ਗ੍ਰਹਿਆਂ ਦੇ ਮੁਤਾਬਕ ਜੀ ਚੰਦਰ ਮਹਾਰਾਜ ਚਲੇ ਗਏ ਕੰਨਿਆ ਰਾਸ਼ੀ ਵਿੱਚ ਯਾਨੀ ਰਾਸ਼ੀ ਤੋਂ 6ਵੇਂ ਤੇ ਨਾਲ ਹੀ ਜੋ ਨਕਸ਼ਤਰ ਹੈ ਉਸਦਾ ਮਾਲਕ ਹੈ ਸੂਰਜ ਤੇ ਸੂਰਜ ਤੁਹਾਡਾ ਮਿੱਤਰ ਹੀ ਹੈ ਪਰ ਜਰ ਜੋਰੂ ਜ਼ਮੀਨ ਦੇ ਝਗੜੇ ਤੋਂ ਪਰੇਸ਼ਾਨੀ ਤੋਂ ਕੋਰਟ ਕਚਹਿਰੀ ਦੇ ਚੱਕਰਾਂ 'ਚੋਂ ਥੋੜ੍ਹਾ ਬਚਣਾ ਚਾਹੀਦਾ ਹੈ ਮਨ ਨੂੰ ਪਰੇਸ਼ਾਨੀ ਕਿਉਂਕਿ 6ਵਾਂ ਖਾਨਾ ਜੋ ਹੈ ਬੁੱਧ ਦੀ ਰਾਸ਼ੀ ਵਿੱਚ ਚੰਦਰਮਾ ਹੈ ਭਾਵੇਂ ਸੂਰਜ ਦਾ ਨਕਸ਼ਤਰ ਮਿੱਤਰ ਹੈ ਜੋ ਤੁਹਾਡੀ ਸੋਚ ਨੂੰ ਅੱਛਾ ਕਰ ਰਿਹਾ ਹੈ ਹਾਂ ਸੱਚਾਈ ਪਸੰਦ ਹੋ ਰਹੇ ਹੋ ਤੁਸੀਂ ਸੱਚਾਈ ਨਾਲ ਸਟੈਂਡ ਵੀ ਲੈ ਰਹੇ ਹੋ ਪਰ ਨਾਲ ਹੀ ਉਲਝੇਵੇਂ ਅਤੇ ਦਿਮਾਗੀ ਖੱਜਲ ਖਵਾਰੀ ਬਣੀ ਹੀ ਹੋਈ ਹੈ ਥੋੜ੍ਹਾ ਗੁੱਸੇ 'ਤੇ ਕੰਟਰੋਲ ਰੱਖੋ ਪਰਿਵਾਰ ਵਿੱਚ ਬੈਠ ਕੇ ਇੱਕ ਟਾਈਮ ਖਾਣਾ ਖਾਓ ਅਤੇ ਦੁੱਧ ਮਲ ਕੇ ਨਾ ਉਹ ਚਾਂਦੀ ਆਪਣੇ ਕੋਲ ਲੈ ਕੇ ਜਾਓ ਬਹੁਤ ਅੱਛਾ ਦਿਨ ਹੋ ਸਕਦਾ ਹੈ ਲੱਕੀ ਕਲਰ ਅੱਜ ਦੇ ਦਿਨ ਤੁਹਾਡਾ ਰਹੇਗਾ ਔਰੇਂਜ ਕਲਰ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ ਸੂਰਜ ਦਾ ਲਗਨ ਵਿੱਚ ਬੈਠਣਾ ਕਾਫੀ ਗਰਮੀ ਦੇ ਰਿਹਾ ਹੈ ਤੁਹਾਨੂੰ ਕਾਰੋਬਾਰੀ ਤੌਰ 'ਤੇ ਸਿਤਾਰੇ ਤੁਹਾਡੇ ਜ਼ਿਆਦਾ ਅੱਛੇ ਨਹੀਂ ਪੈਸਾ ਆ ਜ਼ਰੂਰ ਰਿਹਾ ਹੈ ਦਿੱਖ ਜ਼ਰੂਰ ਰਿਹਾ ਹੈ ਪਰ ਨਾਲ ਹੀ ਕੀ ਹੋ ਰਿਹਾ ਹੈ ਕਿ ਉਸਦਾ ਕਹਿ ਸਕਦੇ ਆਪਾਂ ਨੂੰ ਫਾਇਦਾ ਨਹੀਂ ਹੈ ਇਨਵੈਸਟਮੈਂਟ ਹੀ ਦਿਖਦੀ ਪਈ ਹੈ ਪਰ ਉਸਦਾ ਆਊਟਪੁੱਟ ਜ਼ਿਆਦਾ ਤੁਹਾਨੂੰ ਨਹੀਂ ਆ ਰਿਹਾ ਰਿਜ਼ਲਟ ਜ਼ਿਆਦਾ ਅੱਛਾ ਨਹੀਂ ਮਿਲ ਰਿਹਾ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਸੂਰਜ ਨੂੰ ਅੱਛਾ ਕਰਨ ਦੇ ਲਈ ਗਾਇਤਰੀ ਮੰਤਰ ਸੁਣੋ ਤੇ ਨਾਲ ਗੁੜ ਦਾ ਸੇਵਨ ਬੰਦ ਕਰ ਦਿਓ ਕਰੀਮ ਰੰਗ ਪਹਿਨੋ ਸ਼ੁੱਕਰ ਦੇ ਲਈ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖ ਲਓ ਚੀਜ਼ਾਂ ਬੈਲੈਂਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਨੁਕਸਾਨ ਤੋਂ ਬਚੇ ਰਹੋਗੇ ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਮਹਿੰਦੀ ਕਲਰ ਲੱਕੀ ਰਹੇਗਾ ਸ਼ੁੱਕਰ ਦਾ ਲਗਨ ਵਿੱਚ ਬੈਠਣਾ ਕਾਫੀ ਪਰਸਨੈਲਿਟੀ ਅੱਛੀ ਕਰ ਰਿਹਾ ਤੁਹਾਨੂੰ ਰਿਸ਼ਤੇ ਲਈ ਵੀ ਅੱਛਾ ਹੈ ਚੰਦਰ ਦੇ ਹਿਸਾਬ ਦੇ ਨਾਲ ਸੁੱਖਾਂ ਵਿੱਚ ਵਾਧਾ ਵੀ ਹੋਏਗਾ ਪਰ ਦਿਮਾਗੀ ਤੌਰ 'ਤੇ ਕਹਿ ਸਕਦੇ ਹਾਂ ਕਿ ਤੁਹਾਡੀ ਕਲਪਾਹਟ ਵੀ ਬਣੀ ਰਹੇਗੀ ਚੌਥੇ ਚੰਦਰ ਮਾਤਾ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੀ ਹਿੰਮਤ ਨਾਲ ਕੀਤੇ ਕੰਮ ਅੱਜ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਕਸੈਸ ਦਿਵਾਉਣ ਵਾਲੇ ਆ ਕੰਜਕਾਂ ਨੂੰ ਫਲ ਦੇ ਸਕਦੇ ਹੋ ਕੈਂਸਰ ਯਾਨੀ ਕਰਕ ਰਾਸ਼ੀ ਵਾਲੇ ਅੱਜ ਦੇ ਦਿਨ ਕਰੀਮ ਕਲਰ ਤੁਹਾਡਾ ਲੱਕੀ ਰਹੇਗਾ ਯਾਤਰਾ ਸਫਲਕਾਰੀ ਰਿਸ਼ਤੇਦਾਰ ਆ ਸਕਦੇ ਆ ਤੁਸੀਂ ਵੀ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਸਕਦੇ ਹੋ ਜਾ ਸਕਦੇ ਹੋ ਛੋਟੀ ਮੋਟੀ ਯਾਤਰਾ ਮਨ ਨੂੰ ਸ਼ਾਂਤੀ ਦੇਵੇਗੀ ਤੇ ਥੋੜਾ ਚੇਂਜ ਪਰਿਵਾਰ ਨਾਲ ਟਾਈਮ ਸਪੈਂਡ ਹੋਵੇਗਾ ਤੁਹਾਡਾ
ਥੋੜੇ ਕਲੋਜ਼ਲੀ ਰਿਸ਼ਤੇ ਖਰਾਬ ਹੋ ਰਹੇ ਹੋਣ ਤਾਂ ਤੁਹਾਨੂੰ ਮੰਗਲ ਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ, ਜੀਭ ਤੇ ਸਵੇਰ ਤੋਂ ਹੀ ਸ਼ਹਿਦ ਲਗਾ ਲਓ। ਲੀਓ ਜਾਨੀ ਸਿੰਘ ਰਾਸ਼ੀ ਵਾਲੇ, ਧਨ ਲਈ, ਕੰਮਕਾਰ ਲਈ, ਕਾਰੋਬਾਰ ਲਈ ਸਿਤਾਰੇ ਤੁਹਾਡੇ ਸ਼ੁਭ ਨੇ। ਅੱਜ ਦਾ ਦਿਨ ਤੁਹਾਨੂੰ ਕਾਫੀ ਹੱਦ ਤੱਕ ਫਾਇਦਾ ਦੇ ਸਕਦਾ ਹੈ। ਆਪਣੇ ਬਾਰੇ ਸੋਚਣਾ, ਆਪਣੇ ਆਪ ਨੂੰ ਪਹਿਲ ਰੱਖਣਾ ਹੈ ਤੁਸੀਂ, ਅੱਜ ਤੁਹਾਡੀ ਸੋਚ ਬਣੀ ਹੀ ਰਹੇਗੀ। ਸਵੇਰ ਤੋਂ ਮੱਥੇ ਤੇ ਦੁੱਧ ਲਾਓ ਤੇ ਨੀਲਾ ਰੰਗ ਬਿਲਕੁਲ ਨਾ ਪਹਿਨੋ। वर्गो जानी कन्या राशि वालों के सितारे, पेट संबंधी प्रॉब्लम जा कुछ पैसे नू लैन देन करके प्रॉब्लम दिमाग ते हावी रहेगी ही। चीज़ां नू बैलेंस करन दे लई बुध दा बहुत ज़्यादा रोल हुंदा है, जो तुहाडे लगन तुहाडे राशि दा मालक है ते तुहाडी राशि तों अठवें स्थान ते चल रहा है, जो थोड़ी कलपाहट भी दे रहा है। सरकारी ते प्रतिष्ठावान लोकां नाल संबंध तुहाडे वध सकदे आ, पर किसी नाल भी बहसबाजी तों अज तुहानू बचना चाहीदा है। शुभ रंग पिस्ता रहेगा। लिब्रा जानी तुला राशि वाले, सितारियां दे हिसाब नाल गल कीती जावे तां तुला राशि वालियां दे चंद्र भावें 12वें स्थान विच है, सूरज दा नक्षत्र भी मित्र नहीं है, पर शुक्र दा 9वें स्थान विच बैठना तुहानू हर सिचुएशन लई समझदारी दे तौर ते तुसी उस विचों निकल जाएंगे। अज दे दिन चिट्टे फुल लै के राधा कृष्ण दे चढ़ाउणे ते कुत्ते नू रोटी पाउणी दोनों ही उपाय शुभता देणगे। वाधू खज्जल खुआरी तों बचण लई खर्चियां ते कंट्रोल रखो ते पाणी दा घुट पी के हर काम दी शुरुआत करो। स्कॉर्पियो जानी वृश्चिक राशि वाले, सितारे ठीक ठाक ने जी, चंद्र की स्थिति इनकम के खाने विच बैठ के इनकम के सोर्सेज वधा रही है, पैसे लई थोड़ी तुहानू लगता है कि ढापन करके उसनू बैलेंस कर ही लेना तुसी। दिमागी तौर पर संतुलन बिल्कुल सही रहेगा, नवे आइडियाज आउणगे, दोस्त मित्र भी तुहाडी मदद कर देणगे। पार्टनरशिप विच काम करन वालियां नू थोड़ा संभल के चलना चाहिए, तुहाडी वाणी दा तत्तापन ते तुहाडा गुस्सा नुकसान का कारण बन सकता है। एक दुध का पैकेट धार्मिक स्थान पर जरूर रखो। सैजिटेरियस धनु राशि वालियां दे सितारे, दिन लंघ जाएगा शाम नू परेशानी, यानी जिन्नी भी ज़्यादा तुसी भज नट कीती होएगी इदां लगेगा कि इसका कोई ज़्यादा अच्छा रिजल्ट सानू मिल ही नहीं रहा, जो सोचा सी उस मुताबक चंगा नहीं होया। की है कि चंद्र जदों भी अपने मित्र दे घर विच ना होवे तां थोड़ी परेशानी दे जांदा, पर इसका मतलब यह नहीं कि कोई नुकसान होएगा। रात नू दुध दा सेवन जां चिट्टी चीज़ दा सेवन अज बिल्कुल भी नहीं करना, ते नाल ही दही लै के धार्मिक स्थान ते रखो। कम्मांकारां दी भज नट ते जो खटास जिंदगी विच होई पई है बिल्कुल सही हो जाएगी। कैपरीकॉन मकर राशि वाले, धर्म कर्म दे कम्मां विच रुचि वधी रहेगी, धार्मिक स्थान दी यात्रा अज भी कर सकदे हो, कल भी कर सकदे हो। नौवें चंद्र बहुत ही शुभ फल देवेगा, नौ घुट पानी दे धार्मिक स्थान ते जरूर पीने ने, ते नाल मत्थे ते दुध ते लगाना तुसी भुलना ही नहीं। चंगा रहेगा थोड़ी जी महां दी दाल लैके धार्मिक स्थान ते रख आओ ते भोलेनाथ दे पीले फुल चढ़ा के आओ। अक्यूरस यानी कुंभ राशि वाले, सितारियां दे हिसाब नाल कुंभ राशि वालियां दे शनि लगन तहत ते शनि तों चंद्र 8वें स्थान विच है, अपनी सोच ते बहुत कुछ निर्भर करता है, तुसी जानदे हो। सोच पॉजिटिव रखोगे तां समझो सब कुछ अच्छा चल जाएगा, किसी भी तरह का नुकसान हो रहा है छोटा मोटा तो कोई गल नहीं है, उसकी भरमाई जो चंद्र अगे जाएगा मानसिक तौर पर तुम्हें मजबूती दे जाएगा। कामकारा का डिले होना थोड़ा इरीटेट करेगा, कामकार डिले ही हो रहे हैं, पर नुकसान वाली कोई गल नहीं है। पार्टनरशिप विच जां लाइफ पार्टनर जां प्रेम संबंधा विच थोड़ी परेशानी तुहाडे मन नूं परेशान करेगी, उस दे लई की करना है जी, तुसी चिट्टे फुल ते नाल मनक के बच्चों नूं दे सकते हो। पाइसेजानी मीन राशि वाले, मीन राशि वालियां दे सितारे जी अच्छे आ, चंद्र 7वें स्थान विच धन देगा, पैसा देगा, ते नाल कामकारां दी जां विदेश वल्लों भी कोई रकम जां कोई किसी नूं दित्ता होया पैसा भी वापस आ सकदा है। हाँ, इमोशनल बहुत रहोगे अज तुसी, अपने क्लोजली रिश्तियां नूं लै के जो कदी दूर हो गए सी उन्हां नूं नेड़े लियाण लई तुहाडे कीते जतन सफल हो सकदे आ। ਤਾਂ ਕੀ ਕਰਨਾ ਜੀ, ਤੁਸੀਂ ਅੱਜ ਪੀਲਾ ਰੰਗ ਪਹਿਨਣਾ ਹੈ, ਬ੍ਰਹਸਪਤ ਨੂੰ ਮਜ਼ਬੂਤੀ ਦੇਣ ਲਈ ਮੱਥੇ 'ਤੇ ਸਵੇਰ ਤੋਂ ਹਲਦੀ ਲਗਾ ਲੈਣੀ ਹੈ, ਬ੍ਰਹਸਪਤ ਦੂਸਰੇ ਸਥਾਨ ਵਿੱਚ ਚੰਗਾ ਫਲ ਦੇ ਜਾਏਗਾ। ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਨੇ, ਗ੍ਰਹਿ ਗੋਚਰ ਨਕਸ਼ਤਰ ਦੇ ਮੁਤਾਬਕ। ਵਾਸਤੂ ਦਾ ਆਪਣਾ ਪ੍ਰਭਾਵ ਹੈ, ਵਸਤੂਆਂ ਦਾ ਆਪਣਾ ਪ੍ਰਭਾਵ ਹੈ, ਹਰ ਚੀਜ਼ ਦਾ ਆਪਣਾ ਹੈ। ਸਿਤਾਰੇ ਜੋ ਨੇ ਸਾਡੀ ਕਿਸਮਤ ਦੇ ਟਾਈਮ ਨੂੰ ਨਿਰਧਾਰਤ ਕਰਦੇ ਆ ਕਿ ਕਿਸ ਟਾਈਮ 'ਤੇ ਕੀ ਕਰਨਾ ਹੈ। ਜਿੱਦਾਂ ਦਿਨ ਦੇ ਕਈ ਪੈਰ ਹੈ ਅਤੇ ਆਪਾਂ ਨੂੰ ਪਤਾ ਅਸੀਂ ਕਿਸ ਪੈਰ 'ਤੇ ਕਿਹੜਾ ਕੰਮ ਕੀਤਾ ਜਾਵੇ, ਕਿਸ ਤਰ੍ਹਾਂ ਦੀ ਚੀਜ਼ ਸਾਨੂੰ ਐਨਰਜੀ ਦੇਵੇਗੀ ਅਤੇ ਕਿਸ ਤਰ੍ਹਾਂ ਦੀ ਚੀਜ਼ ਉਸ ਟਾਈਮ 'ਤੇ ਨਹੀਂ ਕਰਨੀ ਚਾਹੀਦੀ ਜੋ ਸਾਡੀ ਐਨਰਜੀ ਨੂੰ ਨੈਗੇਟਿਵ ਕਰ ਜਾਂਦੀ ਹੈ। ਤਾਂ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ, ਘਰ ਦੀ ਸਾਊਥ ਦਿਸ਼ਾ ਉੱਚੀ ਹੀ ਰੱਖੋ।
किसी भी तरीके नाल अगर दक्षण दिशा विच पानी होवे जां नीवी होवे तां समझो तुसी जिंदगी दे सितारे भावें तुहाडे किन्ने भी अच्छे होण तां मौके हाथ चों निकलदे जाणगे ते जो भी एनर्जी तुहानूं चाहीदी है अपने परिवार वल्लों जां सब दा साथ वल्लों जां मानसिक तौर ते जां स्टेबिलिटी लाइफ विच चाहिए तां उह तुहानूं पूरी तरह नाल नहीं मिले तां इस करके दक्षण दिशा नूं उच्चा रखना ही जो है राहू दे रुकावटां नूं दूर कर सकता है। यानी कि जे देखा जाए तो वास्तु ते ग्रहां दा आपस विच बहुत ज़्यादा संबंध है। ठीक, समा हो गया जी इजाजत दा। आप सब दा आज दा दिन बहुत अच्छा जाए। खुश रहो, मुस्कुराते रहो, अपने नाल बना के रखो। सत श्री अकाल।